ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇੱਕ ਨੌਜਵਾਨ ਤਿੰਨ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਔਰ ਦੂਸਰਾ ਦੋ ਬੱਚਿਆਂ ਦਾ ਪਿਤਾ ਸੀ। ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਇਹ ਨੌਜਵਾਨ ਬਾਈਕ ਤੇ ਆ ਰਹੇ ਸੀ ਤਾਂ ਪਿੱਛੋਂ ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ, ਘੜੀਸਦੀ ਹੋਈ ਖੇਤ ਵਿੱਚ ਜਾ ਕੇ ਵੜੀ, ਜਿਸ ਦੇ ਨਾਲ ਇਹਨਾਂ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਤਰਨ ਤਾਰਨ ਦੇ ਹਲਕਾ ਖੇਮ ਕਰਨ ਦੇ ਚੁੰਗ ਮੋੜ ਦੇ ਨੇੜੇ ਇਹ ਹਾਦਸਾ ਹੋਇਆ। ਦੋ ਨੌਜਵਾਨ, ਇੱਕ ਦੀ ਉਮਰ 22 ਸਾਲ ਦੀ ਸੀ ਜੋ ਹਾਲੇ ਕੁਆਰਾ ਸੀ, ਦੂਸਰਾ 38 ਸਾਲ ਦਾ ਜਿਸ ਦੇ ਦੋ ਬੱਚੇ ਸਨ। ਇਹ ਦੋਵੇਂ ਦਾਣਾ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਦੇ ਸੀ। ਕਣਕ ਦਾ ਕੰਡਾ ਕਰਵਾਉਣ ਉਪਰੰਤ ਵਾਪਸ ਆਪਣੇ ਘਰ ਜਾ ਰਹੇ ਸੀ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਇਹਨਾਂ ਨੂੰ ਟੱਕਰ ਮਾਰੀ ਔਰ ਘੜੀਸਦੀ ਹੋਈ ਖੇਤ ਵਿੱਚ ਜਾ ਕੇ ਵੜੀ ਔਰ ਮੌਕੇ ਤੇ ਇਹਨਾਂ ਦੋਵਾਂ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੇਜ਼ ਰਫਤਾਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਸੰਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਪਿੰਡ ਰਾਜੋਆਂ ਦੇ ਬਾਰੇ ਕੰਡਾ ਕਰਾਉਣ ਆਏ ਗੱਡੀ ਦਾ, ਮੰਡੀ ਦੇ ਵਿੱਚ ਪੱਲੇਦਾਰ ਸੀਗੇ। ਮਸ ਮੰਗ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇਹਨਾਂ ਦੇ ਵਿੱਚ ਮੁੰਡਾ ਕੋਈ ਕੁਆਰਾ ਵੀ ਸੀਗਾ? ਹਾਂਜੀ। ਵਿਆਹਿਆ ਕਿਹੜਾ ਸੀਗਾ? ਵਿਆਹਿਆ ਕੀ ਨਾਮ? ਮਹਾਂਵੀਰ ਸਿੰਘ। ਮਹਾਂਵੀਰ ਸਿੰਘ ਵਿਆਹਿਆ ਜੀ। ਇਹਨਾਂ ਖੇਮਕਰ ਰੋਡ ਤੇ ਅੱਜ ਸਵੇਰੇ ਕਰੀਬ 5 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਸਵਿਫਟ ਕਾਰ ਆ ਜੀ, ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਘੜੀਸਦੀ ਹੋਈ ਲੈ ਗਈ ਹੈ ਜੀ। ਇਹ 'ਚ ਜਿਹੜੇ ਮਰਨ, ਦੋ ਦੀ ਮੌਤ ਹੋਈ ਹੈ ਜੀ, ਇੱਕ ਦੀ ਉਮਰ ਹੈਗੀ ਆ 38 ਸਾਲ ਤੇ ਇੱਕ 21 ਸਾਲ ਦਾ ਜੀ। ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ 'ਚ ਲੇਬਰ ਦਾ ਕੰਮ ਕਰਦੇ ਸੀ। ਕਿੱਥੇ ਜਾ ਰਹੇ ਸੀਗੇ? ਇਹ ਘਰ ਜਾ ਰਹੇ ਸੀ ਵਾਪਸ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇੱਕ ਨੌਜਵਾਨ ਤਿੰਨ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਔਰ ਦੂਸਰਾ ਦੋ ਬੱਚਿਆਂ ਦਾ ਪਿਤਾ ਸੀ। ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਇਹ ਨੌਜਵਾਨ ਬਾਈਕ ਤੇ ਆ ਰਹੇ ਸੀ ਤਾਂ ਪਿੱਛੋਂ ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ, ਘੜੀਸਦੀ ਹੋਈ ਖੇਤ ਵਿੱਚ ਜਾ ਕੇ ਵੜੀ, ਜਿਸ ਦੇ ਨਾਲ ਇਹਨਾਂ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਤਰਨ ਤਾਰਨ ਦੇ ਹਲਕਾ ਖੇਮ ਕਰਨ ਦੇ ਚੁੰਗ ਮੋੜ ਦੇ ਨੇੜੇ ਇਹ ਹਾਦਸਾ ਹੋਇਆ। ਦੋ ਨੌਜਵਾਨ, ਇੱਕ ਦੀ ਉਮਰ 22 ਸਾਲ ਦੀ ਸੀ ਜੋ ਹਾਲੇ ਕੁਆਰਾ ਸੀ, ਦੂਸਰਾ 38 ਸਾਲ ਦਾ ਜਿਸ ਦੇ ਦੋ ਬੱਚੇ ਸਨ। ਇਹ ਦੋਵੇਂ ਦਾਣਾ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਦੇ ਸੀ। ਕਣਕ ਦਾ ਕੰਡਾ ਕਰਵਾਉਣ ਉਪਰੰਤ ਵਾਪਸ ਆਪਣੇ ਘਰ ਜਾ ਰਹੇ ਸੀ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਇਹਨਾਂ ਨੂੰ ਟੱਕਰ ਮਾਰੀ ਔਰ ਘੜੀਸਦੀ ਹੋਈ ਖੇਤ ਵਿੱਚ ਜਾ ਕੇ ਵੜੀ ਔਰ ਮੌਕੇ ਤੇ ਇਹਨਾਂ ਦੋਵਾਂ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੇਜ਼ ਰਫਤਾਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਸੰਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਪਿੰਡ ਰਾਜੋਆਂ ਦੇ ਬਾਰੇ ਕੰਡਾ ਕਰਾਉਣ ਆਏ ਗੱਡੀ ਦਾ, ਮੰਡੀ ਦੇ ਵਿੱਚ ਪੱਲੇਦਾਰ ਸੀਗੇ। ਮਸ ਮੰਗ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਦੇ ਵਿੱਚ ਮੁੰਡਾ ਕੋਈ ਕੁਆਰਾ ਵੀ ਸੀਗਾ? ਹਾਂਜੀ। ਵਿਆਹਿਆ ਕਿਹੜਾ ਸੀਗਾ? ਵਿਆਹਿਆ ਕੀ ਨਾਮ? ਮਹਾਂਵੀਰ ਸਿੰਘ। ਅੱਛਾ, ਮਹਾਂਵੀਰ ਸਿੰਘ ਵਿਆਹਿਆ ਜੀ। ਇਹਨਾਂ ਖੇਮਕਰ ਰੋਡ ਤੇ ਅੱਜ ਸਵੇਰੇ ਕਰੀਬ 5 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਸਵਿਫਟ ਕਾਰ ਆ ਜੀ, ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਘੜੀਸਦੀ ਹੋਈ ਲੈ ਗਈ ਹੈ ਜੀ। ਇਹ 'ਚ ਜਿਹੜੇ ਮਰਨ, ਦੋ ਦੀ ਮੌਤ ਹੋਈ ਹੈ ਜੀ, ਇੱਕ ਦੀ ਉਮਰ ਹੈਗੀ ਆ 38 ਸਾਲ ਤੇ ਇੱਕ 21 ਸਾਲ ਦਾ ਜੀ। ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ 'ਚ ਲੇਬਰ ਦਾ ਕੰਮ ਕਰਦੇ ਸੀ। ਕਿੱਥੇ ਜਾ ਰਹੇ ਸੀਗੇ? ਇਹ ਘਰ ਜਾ ਰਹੇ ਸੀ ਵਾਪਸ।